ਅੱਗੇ ਪੜ੍ਹਦੇ ਹਾਂ ਜੀ। ਰਾਂਝੇ ਦੇ ਭਰਾਵਾਂ ਦਾ ਚੂਚਕ ਨੂੰ ਖੱਤ, ਕੀ ਕਹਿੰਦੇ ਹਾਂ, ਖੱਤ ਲਿਖ ਕੇ ਉਹ, ਤੁਸੀਂ ਕੱਲ੍ਹ ਦੇ ਹੋ ਤਾਂ ਅਹਿਸਾਨ ਹੋਵੇ, ਨਹੀਂ ਚੱਲ ਮੇਲਾ ਅਸੀਂ ਆਉਂਦੇ ਹਾਂ, ਵੀ ਤੁਸੀਂ ਸਾਡੇ ਭਰਾ ਰਾਂਝੇ ਨੂੰ ਵਾਪਸ ਭੇਜ ਦਿਓ, ਇਹ ਗੱਲ ਦਾ ਤੁਹਾਡਾ ਸਾਡੇ ਉੱਤੇ ਅਹਿਸਾਨ ਹੋਵੇਗਾ, ਅਤੇ ਜੇ ਨਹੀਂ, ਜੇ ਇਸ ਤਰ੍ਹਾਂ ਨਾ ਕਰੋ ਤਾਂ ਅਸੀਂ ਸਾਰੇ ਇਕੱਠੇ ਹੋ ਕੇ ਤੁਹਾਡੇ ਕੋਲ ਆ ਜਾਵਾਂਗੇ। ਗੱਲ ਪੱਲੜਾ ਪਾਏ ਕੇ ਵੀਰ ਸੱਭੇ, ਅਸੀਂ ਰੁੱਠੜਾ ਵੀਰ ਮਨਾਉਂਦੇ ਹਾਂ, ਅਸੀਂ ਆਪਣੇ ਗਲ ਵਿੱਚ ਪੱਲਾ ਪਾ ਕੇ, ਕੱਪੜਾ ਪਾ ਕੇ, ਜਿਸ ਤਰ੍ਹਾਂ ਖੈਰ ਮੰਗੀ ਦੀ ਆ ਉਸ ਹਿਸਾਬ ਨਾਲ ਅਰਜੋਈਆਂ ਕਰਕੇ ਆਪਣਾ ਰੁੱਠੜਾ ਰੁੱਠਿਆ ਹੋਇਆ ਰੁੱਸਿਆ ਵੀਰ ਰਾਂਝਾ ਮਨਾਵਾਂਗੇ। ਅਸਾਂ ਆਇਆਂ ਨੂੰ ਤੁਸੀਂ ਜੇ ਨਾ ਮੋੜੋ ਤਦੋਂ ਪਏ ਪੱਕਾ ਪਕਾਉਂਦੇ ਹਾਂ, ਜੇ ਅਸੀਂ ਤੁਹਾਡੇ ਕੋਲ ਆ ਜਾਈਏ ਤਾਂ ਤੁਸੀਂ ਸਾਨੂੰ ਖਾਲੀ ਹੱਥ ਨਾ ਮੋੜੋ, ਠੀਕ ਹੈ, ਜਾਂ ਅਸਾਂ ਆਇਆ ਨੂੰ ਤੁਸੀਂ ਜੇ ਨਾ ਮੋੜੋ ਤੁਸੀਂ ਸਾਨੂੰ ਰਾਂਝਾ ਜੇ ਦੇ ਦਵੋ ਤਦੋਂ ਪਏ ਪੱਕਾ ਪਕਾਉਂਦੇ ਹਾਂ। ਇਸ ਲਾਈਨ ਦਾ ਟੈਕਨੀਕਲ ਮੀਨਿੰਗ ਨਹੀਂ ਮੈਨੂੰ ਪਤਾ ਲੱਗਾ, ਤੁਸੀਂ ਇਸ ਤਰ੍ਹਾਂ ਲੈ ਲਿਓ ਕਿ ਹਾਂ ਵੀ ਤਾਂ ਸਾਡੇ ਆਪਸ 'ਚ ਪਕਿਆਈ ਬਰਕਰਾਰ ਰਹੇਗੀ, ਸਾਡੇ ਸੰਬੰਧ ਠੀਕ ਰਹਿਣਗੇ। ਨਾਲ ਭਾਈਆਂ ਪਿੰਡ ਦੇ ਪੈਂਚ ਸਾਰੇ, ਵਾਰਿਸ ਸ਼ਾਹ ਨੂੰ ਨਾਲ ਲਿਆਉਂਦੇ ਹਾਂ, ਅਸੀਂ ਸਾਰੇ ਭਰਾ ਇਕੱਠੇ ਹੋ ਕੇ, ਨਾਲ ਪਿੰਡ ਦੇ ਪੈਂਚ, ਨਾਲ ਵਾਰਿਸ ਸ਼ਾਹ ਵੀ, ਕਹਿਣ ਦਾ ਮਤਲਬ ਸਾਰੇ ਇਕੱਠੇ ਹੋ ਕੇ ਤੁਹਾਡੇ ਕੋਲ ਆ ਜਾਵਾਂਗੇ। ਚੂਚਕ ਦਾ ਉੱਤਰ, ਚੂਚਕ ਕੀ ਕਹਿੰਦਾ ਚਿੱਠੀ ਵਿੱਚ, ਚੂਚਕ ਸਿਆਲ ਨੇ ਲਿਖਿਆ ਰਾਂਝਿਆਂ ਨੂੰ, ਕੀ ਲਿਖਿਆ, ਨੱਢੀ ਹੀਰ ਦਾ ਚਾਕ ਉਹ ਮੁੰਡੜਾ ਜੇ, ਤੁਹਾਡਾ ਮੁੰਡਾ ਰਾਂਝਾ ਸਾਡੀ ਲੜਕੀ ਹੀਰ ਦਾ ਚਾਕ ਹੈ, ਚਾਕਰ ਹੈ। ਇੱਥੇ ਦੇਖੋ ਚੂਚਕ ਵੀ ਇਹ ਲਿਖੇਗਾ ਕਿ ਰਾਂਝਾ ਬੜੇ ਕੰਮ ਦਾ ਬੰਦਾ, ਅਸੀਂ ਉਹਨੂੰ ਵਾਪਸ ਨਹੀਂ ਭੇਜ ਸਕਦੇ। ਕੀ ਲਿਖਦਾ ਅੱਗੇ, ਸਾਰਾ ਪਿੰਡ ਡਰਦਾ ਉਸ ਚਾਕ ਕੋਲੋਂ, ਉਸ ਨੌਕਰ ਸਾਡੇ ਤੁਹਾਡਾ ਭਰਾ ਰਾਂਝੇ ਕੋਲੋਂ, ਚਾਕਰ ਕੋਲੋਂ ਸਾਰਾ ਪਿੰਡ ਡਰਦਾ, ਉਹਦਾ ਬੜਾ ਰੋਹਬ ਆ ਇੱਥੇ। ਸਿਰ ਮਾਹੀਆਂ 'ਤੇ ਉਹਦਾ ਕੁੰਡੜਾ ਜੇ, ਜਿਹੜੀਆਂ ਸਾਡੀਆਂ ਮੱਝਾਂ ਆ, ਸਾਡੇ ਪਸ਼ੂ ਆ, ਉਹ ਸਾਰੇ ਉਹਦੇ ਕੰਟਰੋਲ ਵਿੱਚ ਆ, ਉਹਦਾ ਹੀ ਨਿਉਂ ਕਰਦੇ ਆ, ਉਹਦੇ ਹੀ ਆਕੇ ਲੱਗਦੀਆਂ ਆ, ਜਿੱਧਰ ਨੂੰ ਇਸ਼ਾਰਾ ਕਰਦਾ ਉੱਧਰ ਨੂੰ ਪਸ਼ੂ ਜਾਂਦੇ ਆ। ਅਸਾਂ ਜੱਟ ਹੈ ਜਾਣ ਕੇ ਚਾਕ ਲਾਇਆ, ਅਸੀਂ ਉਹਨੂੰ ਨੌਕਰੀ ਇਸੇ ਲਈ ਰੱਖਿਆ ਸੀ ਕਿ ਸਾਨੂੰ ਪਤਾ ਲੱਗਾ ਕਿ ਉਹ ਜੱਟ ਬਰਾਦਰੀ, ਕਿਸਾਨ ਬਰਾਦਰੀ ਨਾਲ ਸੰਬੰਧਿਤ ਹੈ, ਭਾਵ ਚੰਗੇ ਘਰ ਦਾ ਆ। ਦੇਈਏ ਤਰਾ ਜੇ ਜਾਣੀਏ ਗੁੰਡੜਾ ਜੇ, ਜੇ ਸਾਨੂੰ ਪਤਾ ਹੋਵੇ ਕਿ ਉਹ ਕੋਈ ਗੁੰਡਾ ਹੈ ਤਾਂ ਅਸੀਂ ਉਹਨੂੰ ਤਰਾ ਮੀਨ ਘਰੋਂ ਕੱਢ ਦੇਣਾ, ਘਰੋਂ ਕੱਢ ਦੇਈਏ, ਠੀਕ ਹੈ ਜੀ। ਇਹ ਗੱਭਰੂ ਘਰੋਂ ਕਿਉਂ ਕੱਢਿਆ ਜੇ, ਅਸੀਂ ਇਹ ਜਵਾਨ ਬੰਦਾ ਘਰੋਂ ਕਿਵੇਂ ਕੱਢ ਸਕਦੇ ਹਾਂ, ਕਿਉਂ, ਕਿਉਂਕਿ ਲੰਝਾ ਨਹੀਂ ਕੰਮ ਚੋਰ ਨਾ ਟੁੰਡੜਾ ਜੇ, ਨਾ ਤਾਂ ਉਹ ਲੱਤਾਂ ਪੱਖੋਂ ਅਪਾਹਿਜ ਹੈ, ਲੰਝਾ ਵੀ ਨਹੀਂ ਆ, ਕੰਮ ਚੋਰ ਵੀ ਨਹੀਂ ਹੈ, ਅਤੇ ਨਾ ਹੀ ਉਹਦੇ ਹੱਥ ਪੈਰ ਟੁੱਟੇ ਆ, ਹੱਥ ਟੁੱਟੇ ਆ, ਟੁੰਡਾ ਮਤਲਬ ਜਿਸ 'ਤੇ ਹੱਥ ਵਗੈਰਾ ਬਾਹਾਂ ਟੁੱਟੀਆਂ ਹੋਣ, ਮੀਨ ਸਹੀ ਢੰਗ ਨਾਲ ਕੰਮ ਨਹੀਂ ਕਰਦੀਆਂ ਹੋਣ, ਕਹਿਣ ਦਾ ਭਾਵ ਉਹ ਬੜਾ ਸਾਡੇ ਲਈ ਲਾਹੇਵੰਦ ਹੈ, ਨਾ ਹੀ ਉਹ ਕੰਮ ਚੋਰ ਹੈ, ਨਾ ਲੰਝਾ ਹੈ, ਨਾ ਹੀ ਉਹ ਟੁੰਡਾ ਹੈ। ਸਿਰ ਸੋਹੰਦੀਆਂ ਬੋਦੀਆਂ ਨੱਡੜੇ ਦੇ, ਇਸ ਜਵਾਨ ਮੁੰਡੇ ਦੇ ਸਿਰ ਦੇ ਉੱਤੇ ਲੰਬੇ ਲੰਬੇ ਬਾਲ, ਇਹਦੇ ਬਹੁਤ ਸੋਹਣੇ ਲੱਗਦੇ ਆ। ਕੰਨੀ ਲਾਡਲੇ ਦੇ ਬਣੇ ਬੁੰਦੜਾ ਜੇ, ਠੀਕ ਹੈ, ਉਹਦੇ ਕੰਨਾਂ ਵਿੱਚ ਪਾਏ ਹੋਏ ਬੂੰਦੀਆਂ ਵਾਲੀਆਂ ਵਗੈਰਾ ਵੀ ਬਹੁਤ ਸੋਹਣੀਆਂ ਲੱਗਦੀਆਂ। ਵਾਰਿਸ ਸ਼ਾਹ ਨਾ ਕਿਸੇ ਨੂੰ ਜਾਣਦਾ ਹੈ, ਪਾਸ ਹੀਰ 'ਤੇ ਰਾਤ ਦਿਓ ਕੁੰਦੜਾ ਜੇ, ਉਹਦਾ ਸੰਬੰਧ ਉਹ ਜ਼ਿਆਦਾ ਬਹੁਤੀ ਗੱਲਬਾਤ ਜਾਣ ਪਛਾਣ ਕਿਸੇ ਹੋਰ ਨਾਲ ਨਹੀਂ ਰੱਖਦਾ, ਉਹ ਦਿਨ ਰਾਤ ਹੀਰ ਦੇ ਪਾਸ ਹੀ ਹੁੰਦਾ ਹੈ, ਭਾਵ ਉਹਦਾ ਨਾਤਾ ਜ਼ਿਆਦਾਤਰ ਹੀਰ ਦੇ ਨਾਲ ਹੀ ਹੈ। ਰਾਂਝੇ ਦੀਆਂ ਭਾਬੀਆਂ ਨੂੰ ਹੀਰ ਦਾ ਉੱਤਰ, ਹੁਣ ਹੀਰ ਕੀ ਕਹਿੰਦੀ ਆ, ਲੈਟਰ ਲਿਖ ਕੇ, ਚਿੱਠੀ ਪੱਤਰ ਲਿਖ ਕੇ ਰਾਂਝੇ ਦੀਆਂ ਭਾਬੀਆਂ ਨੂੰ ਜਵਾਬ ਦਿੰਦੀ ਹੈ, ਘਰ ਆਈਆਂ ਦੌਲਤਾਂ ਕੌਣ ਮੋੜੇ, ਘਰ ਆਈ ਹੋਈ ਦੌਲਤ ਨੂੰ ਕੋਈ ਵਾਪਸ ਨਹੀਂ ਕਰਦਾ, ਅਤੇ ਰਾਂਝਾ ਵੀ ਕੀ ਆ, ਸਾਡੇ ਘਰ ਆਈ ਹੋਈ ਦੌਲਤ ਹੈ। ਕੋਈ ਬੰਨ ਪਿੰਡੋਂ ਕਿਸੇ ਟੋਰਿਆ ਆਈ, ਕਿਸੇ ਨੇ ਇਹਦਾ ਸਮਾਨ ਵਗੈਰਾ ਬੰਨ੍ਹ ਕੇ ਆਪਣੇ ਪਿੰਡੋਂ, ਆਪਣੇ ਘਰੋਂ, ਆਪਣੇ ਏਰੀਏ ਤੋਂ ਇਸ ਤਰ੍ਹਾਂ ਮਾਲਦਾਰ ਬੰਦਾ ਨਹੀਂ ਵਾਪਸ ਭੇਜਿਆ। ਅਸਾਂ ਜਿਉਂਦਿਆਂ ਨਹੀਂ ਜਵਾਬ ਦੇਣਾ, ਸਾਡਾ ਰੱਬ ਨੇ ਜੋੜਨਾ ਜੋੜਿਆ ਆਈ, ਵੀ ਅਸੀਂ
मैं जिंदे जी जवाब नहीं दे सकती। रांझे नू नहीं कह सकती कि तू वापस अपने घर चला जा, क्योंकि साडा उहदे नाल जिहड़ा जोड़ आ नाता आ उह तां रब ने जोड़िया आ। ठीक है जी। खतां चिट्ठियां अते सुनेहां उत्ते किसे लुटिया माल ना मोड़िया ई। भी किसी ने किसी का लुटिया माल, सिर्फ ये कहते कि हाँ भी उन्होंने किसी ने चिट्ठिया पातिया, खत पाते, सुनेहे भेजते, भी सानू मोड़ते, इस तरह कोई नहीं मोड़ता, तो मैं रांझे नू किस तरह मोड़दा। जाए भाइया भाबिया पास जम जम किसे नाइयो हटकिया फोड़िया ई। जे उसने अपने भरा भरजाइया मिलन जाना आ तो खुशी खुशी जाए, इस गलों असी कदी नहीं उन्होंने रोकते। पर हाँ सदा ली जे तुसी कह दो कि इतों असी रांझे नू कढ दईए, इस तरह नहीं हो सकता। बारिश शाह सियालां दे बाग विच्चों असां फुल गुलाब दा तोड़िया ई। ते इत्थे हीर कह रही है कि पूरा एक जिस तरह बाग होवे, फुल्लां दा बाग होवे, उहदे विच बहुत सोहना फुल हुंदा गुलाब दा, तां साडे लई रांझा गुलाब दा फुल है, असी इह तुहानूं नहीं दे सकते, इह बहुत ही मुलवान है साडे लई। अगे जी हीर नू चिट्ठी का उत्तर, भाबियां हुण हीर नू उत्तर दिंदियां की कहिंदियां। भरजाइयां रांझे दियां तंग हो के खत हीर सियाल नू लिखे आए। हुण उन्होंने परेशान हो के तंग हो के हीर नू दुबारा चिट्ठी लिखी। साथों शैल सो अद वंडाए सुती, भी तुसी भी तू हीरे सुती सुते ही साडे कोलों साडा ये जवान मुंडा लै लिया बिना किसी मुल तारे। लोग जारियां किधरों सिख्या है, पता नहीं ये रांझे नू जारियां पाउण दा शौक कित्थों आ गया कि तेरे नाल इसने जारी पा ली। देवर चन्न साडा साथों रुस आया, ये साडा देवर चन्न रांझा साडे को रुस आ गया सी, क्यों रुस के आ गया सी, क्यों बोल बोल के खत त्रिख्या है, क्योंकि असी इनू बोल बोल के ताने मेणे मार मार के इहदे दिल ते काफ़ी चोटा पहुँचाइया सी, ਤਾਂ ਕਰਕੇ ਇਹਨੂੰ ਬੁਰਾ ਲੱਗਾ ਤੇ ਇਹ ਰੁੱਸ ਕੇ ਚਲਾ ਗਿਆ। ਸਾਡਾ ਲਾਲ ਮੋੜੋ ਸਾਨੂੰ ਖੈਰ ਕੱਤੋ, ਤੁਸੀਂ ਸਾਡਾ ਲਾਲ ਇਹ ਲੜਕਾ ਇਹ ਮੁੰਡਾ ਰਾਂਝਾ ਸਾਨੂੰ ਵਾਪਸ ਕਰ ਦਿਓ ਤੇ ਸਾਨੂੰ ਖੈਰ ਪਾਓ, ਸਾਨੂੰ ਰਾਂਝੇ ਦੀ ਖੈਰ ਪਾਓ, ਸਾਨੂੰ ਭਿੱਖਿਆ ਦਿਓ, ਦਾਨ ਦੇ ਰੂਪ ਵਿੱਚ ਰਾਂਝਾ ਸਾਨੂੰ ਵਾਪਸ ਕਰ ਦਿਓ। ਜਾਣੋ ਕਮਲੀਆਂ ਨੂੰ ਪਾਈ ਭਿੱਖਿਆ ਹੈ ਈ, ਤੁਸੀਂ ਇਹ ਸਮਝ ਲਓ ਕਿ ਤੁਸੀਂ ਕਮਲੀਆਂ ਔਰਤਾਂ, ਕਮਲੀਆਂ ਉਹ ਆਪਣੇ ਆਪ ਨੂੰ ਕਹਿ ਰਹੀਆਂ, ਕਮਲੀਆਂ ਮਤਲਬ ਪਾਗਲ ਟਾਈਪ, ਝੱਲੀਆਂ ਝੱਲੀਆਂ ਕਮਲੀਆਂ ਔਰਤਾਂ ਨੂੰ ਭਿੱਖਿਆ ਪਾਤੀ ਆ, ਤੁਸੀਂ ਦਾਨ ਹੀ ਸਮਝ ਕੇ ਰਾਂਝੇ ਨੂੰ ਸਾਨੂੰ ਵਾਪਸ ਕਰ ਦਿਓ। ਕੁੜੀਏ ਸਾਮ ਨਾਹੀਂ ਮਾਲ ਰਾਂਝਿਆਂ ਦਾ, ਇਹ ਰਾਂਝਿਆਂ ਦਾ ਮਾਲ ਆ, ਸਾਡਾ ਹੱਕ ਆ ਇਸ 'ਤੇ, ਕਿਸ 'ਤੇ, ਰਾਂਝੇ 'ਤੇ, ਤਾਂ ਤੂੰ ਇਹਨੂੰ ਵਾਪਸ ਕਰ ਦੇ। ਕਰ ਸਾੜ ਦਾ ਦੀਦੜਾ ਤ੍ਰਿਖਿਆ ਈ, ਕਰ ਸਾੜ ਦਾ, ਸਾੜ ਦਾ ਇਹ ਹੈ ਲੋਹੇ ਦਾ, ਮਤਲਬ ਤ੍ਰਿਖਿਆ ਮਤਲਬ ਭਿਆਨਕ, ਦੀਦਰਾ ਮਤਲਬ ਦਿੱਖ, ਵੀ ਲੋਹੇ ਦਾ ਜਿਹੜਾ ਆਪਾਂ ਕਹਿ ਲਈਏ ਵੀ ਉਹਦਾ ਤਿੱਖਾ ਪਾਸਾ ਹਥਿਆਰ ਦਾ, ਉਹ ਕੀ ਆ ਭਿਆਨਕ ਆ। ਮੀਨ ਕਹਿਣ ਦਾ ਮਤਲਬ ਕਿ ਹਾਲਾਤ ਵੀ ਇਹ ਗੱਲਾਂ ਸਾਰੀਆਂ ਠੀਕ ਨਹੀਂ, ਵੀ ਤੈਨੂੰ ਵਾਪਸ ਹੀ ਕਰ ਦੇਣਾ ਚਾਹੀਦਾ ਆ ਰਾਂਝਾ, ਅਤੇ ਤੁਸੀਂ ਜੇ ਟੈਕਨੀਕਲ ਮਤਲਬ ਨਹੀਂ ਜਾਣਦੇ ਸਿੱਧਿਆਂ ਕਹਿ ਦੇਣਾ ਹਾਂ ਵੀ ਸਾਡਾ ਆ ਰਾਂਝਾ, ਅਤੇ ਤੈਨੂੰ ਹੀਰੇ ਰਾਂਝਾ ਵਾਪਸ ਕਰ ਦੇਣਾ ਚਾਹੀਦਾ ਹੈ। ਡੂੰਘੇ ਅਰਥਾਂ ਵਿੱਚ ਜਾਊਂਗੇ ਕਈ ਵਾਰ ਗੜਬੜ ਹੋ ਸਕਦੀ ਹੈ। ਝੁੱਟ ਕੀਤਿਆਂ ਲਾਲ ਨਾ ਹੱਥ ਆਵੜ, ਸੋਈ ਮਿਲੇ ਜੋ ਤੋੜਦਾ ਲਿਖਿਆ ਈ। ਜੋ ਤੋੜਦਾ ਲਿਖਿਆ ਮਤਲਬ ਪੱਕਾ, ਉਹ ਪਰਮਾਤਮਾ ਨੇ ਪੱਕਾ ਕਿਸਮਤ ਨਾਲ ਵਿੱਚ ਸਾਡੇ ਲਿਖਿਆ ਆ, ਉਹੀ ਸਾਨੂੰ ਮਿਲਦਾ ਆ। ਇਸ ਤੋਂ ਇਲਾਵਾ ਹੋਰ ਕੋਈ ਅਸੀਂ ਜਿੰਨੇ ਵੀ ਆਪਾਂ ਕਰਾਂਗੇ ਧੋਖੇ ਨਾਲ ਜਾਂ ਫਰੇਬ ਨਾਲ ਜਾਂ ਕਿਸੇ ਹੋਰ ਤਰੀਕੇ ਨਾਲ ਕੋਈ ਚੀਜ਼ ਆਪਣੇ ਹੱਥ ਰੱਖਾਂਗੇ, ਆਪਣੇ ਕੰਟਰੋਲ 'ਚ ਰੱਖਾਂਗੇ, ਇਸ ਤਰ੍ਹਾਂ ਨਹੀਂ ਹੁੰਦਾ, ਉਹੀ ਮਿਲਦਾ ਆ ਜੋ ਉਸ ਰੱਬ ਨੇ ਲਿਖਿਆ ਹੁੰਦਾ। ਕੋਈ ਢੂੰਡ ਵਡੇੜਾ ਕੰਮ ਜੋਗਾ, ਅਜੇ ਇਹ ਨਾ ਜਾਰੀਆਂ ਸਿੱਖਿਆ ਹੀ। ਸਾਡਾ ਰਾਂਝੇ, ਸਾਡੇ ਰਾਂਝੇ ਨੇ ਹਲੇ ਜਾਰੀਆਂ ਕਰਨਾ, ਜਾਰੀਆਂ ਲਾਉਣਾ ਨਹੀਂ ਸਿੱਖਿਆ, ਠੀਕ ਹੈ, ਇਹ ਕੰਮ ਨਹੀਂ ਇਹਨੂੰ ਆਉਂਦਾ, ਅਤੇ ਤੂੰ ਵੀ ਇਸ ਤਰ੍ਹਾਂ ਕਰ, ਫਿਰ ਕੋਈ ਹੋਰ ਵੱਡਾ ਕੰਮ ਲੱਭ ਲਾ, ਤੂੰ ਸਾਡੇ ਰਾਂਝੇ ਨਾਲ ਜਾਰੀਆਂ ਨਾ ਪਾ ਕੇ ਰੱਖ। ਵਾਰੇ ਸ਼ਾਹ ਲੈ ਚਿੱਠੀਆਂ ਦੌੜਿਆ ਹੀ, ਦੌੜਿਆ ਹੀ ਕੰਮ ਕਾਸਦਾਂ ਦਾ ਮੀਆਂ ਸਿੱਖਿਆ ਹੀ। ਕਾਸਦ ਹੁੰਦਾ ਸੁਨੇਹਾ ਦੇਣ ਵਾਲਾ, ਡਾਕੀਆ, ਪੋਸਟਮੈਨ, ਅਤੇ ਪੋਸਟਮੈਨ ਇਹ ਸਾਰੀ ਗੱਲ ਲੈ ਕੇ, ਚਿੱਠੀ ਲੈ ਕੇ ਦੌੜਦਾ ਦੌੜਦਾ ਜਾਂਦਾ ਹੈ। ਇੱਥੇ ਵਾਰਸ ਨੇ ਆਪਣੇ ਆਪ ਨੂੰ ਵੀ ਕਾਸਦ ਕਹਿ ਤਾ ਕਿ ਮੈਂ ਕਾਸਦਾਂ ਦਾ ਕੰਮ ਸਿੱਖ ਲਿਆ ਅਤੇ ਦੌੜਿਆ ਦੌੜਿਆ ਚਿੱਠੀ ਲੈ ਕੇ ਜਾ ਰਿਹਾ।
ਫਿਜ਼ੀਕਲੀ ਵਾਰਿਸ ਨੇ ਹਰ ਇੱਕ ਬੰਦ ਦੇ ਪਿੱਛੇ ਲਾਸਟ ਵਿੱਚ ਆਪਣੇ ਨਾਂ ਦੀ ਮੋਹਰ ਲਾਤੀ ਆ ਤਾਂ ਕਿ ਕਾਪੀਰਾਈਟ ਐਕਟ ਕਾਪੀਰਾਈਟ ਅਧਿਕਾਰ ਆਪਣੇ ਕੋਲ ਰਵੇ। ਇਹ ਕਿਰਤ ਕਿਹਦੀ ਹੈ? ਵਾਰਿਸ ਸ਼ਾਹ ਦੀ। ਇਸ ਲਈ ਵਾਰਿਸ ਨੇ ਆਪਣਾ ਨਾਂ ਵੀ ਲਾਸਟ ਵਿੱਚ ਲਿਖ ਦਿੱਤਾ। ਅੱਗੇ ਆ ਜੀ, ਹੀਰ ਨੂੰ ਚਿੱਠੀ ਮਿਲੀ। ਹੁਣ ਜਦੋਂ ਹੀਰ ਨੂੰ ਚਿੱਠੀ ਮਿਲਦੀ ਹੈ ਕੀ ਹੁੰਦਾ? ਜਦੋਂ ਖੱਤ ਦਿੱਤਾ ਲਿਆ ਕਾਸਤਾ ਨੇ, ਡਾਕੀਏ ਨੇ ਖੱਤ ਦੇਤਾ, ਨੱਡੀ ਹੀਰ ਨੇ ਤੁਰੰਤ ਪੜ੍ਹਾਇਆ ਜੀ। ਹੀਰ ਨੇ ਉਹਨੂੰ ਪੜਵਾਇਆ। ਇੱਥੇ ਇਹਦਾ ਮਤਲਬ ਇਹੀ ਨਿਕਲਿਆ ਕਿ ਹੀਰ ਨੂੰ ਖੁਦ ਪੜ੍ਹਨਾ ਨਹੀਂ ਆਉਂਦਾ, ਉਹਨੂੰ ਇਹ ਖੱਤ ਦੂਸਰੇ ਕੋਲੋਂ ਪੜ੍ਹਾਇਆ। ਸਾਰੇ ਮਾਮਲੇ ਅਤੇ ਪੰਜਾਬ ਸਾਰੇ ਗਿੱਲਾ ਲਿਖਿਆ ਵਾਚ ਸੁਣਾਇਆ ਏ। ਤਾਂ ਜੋ ਕੁਛ ਵੀ ਭਰਜਾਈਆਂ ਦੇ ਮਾਮਲੇ ਮਸਲੇ ਵਗੈਰਾ ਸੀ, ਸ਼ਿਕਾਇਤਾਂ ਸੀ, ਜੁਦਾਈ ਦਾ ਦੁੱਖ ਸੀ, ਗਿਲੇ ਸ਼ਿਕਵੇ ਸੀ, ਜੋ ਕੁਛ ਵੀ ਲਿਖਿਆ ਸੀ ਉਹ ਕੀ ਆ, ਸੁਣਾ ਦਿੱਤਾ ਹੀਰ ਨੂੰ। ਕੱਲੋ ਮੋੜ ਕੇ ਤੇਵਰ ਅਸਾਡੜੇ ਨੂੰ, ਮੁੰਡਾ ਰੁਸ ਹਜ਼ਾਰਿਓਂ ਆਇਆ ਏ। ਉਹ ਕਹਿੰਦੇ ਕਿ ਸਾਡੇ ਤਿਉਰ ਰਾਂਝੇ ਨੂੰ ਵਾਪਸ ਭੇਜ ਦਿਉ। ਕਿਉਂ? ਕਿਉਂਕਿ ਇਹ ਤਖ਼ਤ ਹਜ਼ਾਰੇ ਤੋਂ ਸਾਡੇ ਕੋਲੋਂ ਰੁਸ ਕੇ ਆ ਗਿਆ ਹੈ, ਇਹ ਸਾਡੀ ਅਮਾਨਤ ਹੈ, ਸਾਨੂੰ ਵਾਪਸ ਕਰ ਦਿਉ, ਭਰਜਾਈਆਂ ਚਿੱਠੀ ਵਿੱਚ ਲਿਖ ਰਹੀਆਂ। ਹੀਰ ਸੱਦ ਕੇ ਰਾਂਝਣੇ ਜਾਰ ਤਾਂ ਹੀ ਸਾਰਾ ਮਾਮਲਾ ਖੁੱਲ੍ਹ ਸੁਣਾਇਆ ਏ। ਤਾਂ ਹੀਰ ਨੇ ਰਾਂਝੇ ਨੂੰ ਬੁਲਾ ਕੇ ਦੱਸ ਦਿੱਤਾ ਵੀ ਆਹ ਦੇਖ ਲੈ, ਤੇਰੀਆਂ ਭਰਜਾਈਆਂ ਦੀ ਚਿੱਠੀ ਆਈ ਆ, ਅਤੇ ਉਹਨਾਂ ਨੇ ਆਹ ਆਹ ਕੁਛ ਵਿੱਚ ਲਿਖਿਆ ਆ। ਇਹ ਸਾਰੀ ਗੱਲਬਾਤ, ਜੋ ਵੀ ਮਸਲਾ ਆ, ਮਾਮਲਾ, ਇਹ ਸਾਰਾ ਖੋਲ੍ਹ ਕੇ ਸੁਣਾ ਦਿੱਤਾ ਰਾਂਝੇ ਨੂੰ ਵੀ। ਅੱਛਾ ਜੀ, ਭਾਬੀਆਂ ਨੂੰ ਰਾਂਝੇ ਨੇ ਆਪ ਉੱਤਰ ਲਿਖਾਉਣਾ, ਠੀਕ ਹੈ ਨਾ। ਹੁਣ ਰਾਂਝਾ ਵੀ ਉੱਤਰ ਲਿਖਾਉਂਦਾ ਹੈ। ਲਿਖਾਉਣ ਦਾ ਮਤਲਬ ਵੀ ਇੱਥੇ ਇਹੀ ਆ ਕਿ ਰਾਂਝਾ ਖੁਦ ਸ਼ਾਇਦ ਲਿਖਣਾ ਨਹੀਂ ਜਾਣਦਾ ਸੀ ਕਿ ਕੀ ਲਿਖਵਾਉਂਦਾ ਰਾਂਝਾ ਭਾਬੀਆਂ ਲਈ। ਹੁਣ ਰਾਂਝਾ ਆਪਣੀ ਦਿਲ ਦੀ ਭੜਾਸ ਕੱਢਦਾ ਪਿਆ ਵੀ ਤੁਸੀਂ ਮੈਨੂੰ ਖੁਦ ਘਰੋਂ ਕੱਢਿਆ ਅਤੇ ਹੁਣ ਕਹਿ ਰਹੀ ਹਾਂ ਕਿ ਘਰ ਵਾਪਸ ਆ ਜਾ। ਕੀ ਕਹਿੰਦਾ ਰਾਂਝਾ? ਭਾਈਆਂ ਭਾਬੀਆਂ ਚਾਹ ਜਵਾਬ ਦਿੱਤਾ, ਭਰਾਵਾਂ ਅਤੇ ਭਾਬੀਆਂ ਨੂੰ ਜਵਾਬ ਦੇ ਰਿਹਾ ਰਾਂਝਾ, ਸਾਨੂੰ ਦੇਸ਼ ਦੀ ਚਾਹ ਤਰਾਇਓ ਨਹੀਂ, ਤੁਸੀਂ ਮੈਨੂੰ ਮੇਰੇ ਦੇਸ਼ ਮੇਰੇ ਪਿੰਡ ਤੋਂ ਮੇਰੇ ਇਲਾਕੇ ਤੋਂ ਕੱਢਤਾ। ਤਰਾਣਾ ਮਤਲਬ ਕੱਢਤਾ। ਭੋਏ ਖੋ ਕੇ ਬਾਪ ਦਾ ਲਿਆ ਵਿਰਸਾ, ਤੁਸੀਂ ਮੇਰੇ ਕੋਲੋਂ ਮੇਰੀ ਜ਼ਮੀਨ ਖੋਹ ਲਈ ਜੋ ਕਿ ਮੇਰੇ ਬਾਪ ਦਾ ਮੇਰੇ ਲਈ ਵਿਰਸਾ ਸੀ, ਇਹ ਸਭ ਕੁਛ ਤੁਸੀਂ ਖੋਹ ਲਿਆ ਮੇਰੇ ਕੋਲੋਂ। ਮੈਨੂੰ ਆਪਣੇ ਗਲੋਂ ਚਾਹ ਲਾਇਓ ਨੇ ਅਤੇ ਤੁਸੀਂ ਆਪਣੇ ਗਲੋਂ ਮੈਨੂੰ ਲਾ ਦਿੱਤਾ, ਮੀਨ ਇੱਕ ਹਿਸਾਬ ਨਾਲ ਤੁਸੀਂ ਮੇਰੇ ਕੋਲੋਂ ਛੁਟਕਾਰਾ ਪਾਇਆ ਸੀ। ਮੈਨੂੰ ਮਾਰ ਕੇ ਬੋਲੀਆਂ ਭਾਬੀਆਂ ਨੇ, ਕੋਈ ਸੱਚ ਨਾ ਕੌਲ ਨਿਭਾਇਓ ਨੇ, ਵੀ ਭਾਬੀਆਂ ਨੇ ਮੈਨੂੰ ਤਾਨੇ ਮੇਣੇ ਮਾਰੇ। ਤਾਂ ਇਹ ਸਭ ਨਾਲ ਕੀ ਆ, ਉਹਨਾਂ ਨੇ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਕਿ ਇਸ ਤਰ੍ਹਾਂ ਕਰਕੇ ਕੋਈ ਸੱਚਾ ਵਾਅਦਾ ਨਿਭਾਇਆ ਹੋਵੇ, ਇਹ ਕੋਈ ਗੱਲ ਸੱਚੀ ਨਹੀਂ ਸੀ, ਇਹ ਕੋਈ ਗੱਲ ਸਹੀ ਨਹੀਂ ਸੀ। ਮੈਨੂੰ ਦੇ ਜਵਾਬ ਤੇ ਕੱਢਿਓ ਨੇ, ਉਹਨਾਂ ਨੇ ਮੈਨੂੰ ਘਰੋਂ ਕੱਢਤਾ, ਜਵਾਬ ਦੇ ਤਾ ਵੀ ਸਾਡਾ ਤੇਰੇ ਨਾਲ ਕੋਈ ਬਹੁਤਾ ਵਾਸਤਾ ਨਹੀਂ। ਹੱਲ ਜੋੜ ਕਿਆਰਡਾ ਵਾਹਿਓ ਨੇ, ਤਾਂ ਜਿਹੜੀ ਮੇਰੀ ਜ਼ਮੀਨ ਸੀ, ਮੇਰੀ ਕਿਆਰੀ ਸੀ, ਉਹ ਤੁਸੀਂ ਖੁਦ ਵਾਹੁਣ ਲੱਗ ਗਏ। ਰਲ ਰਨ ਖਸਮਾਂ ਮੈਨੂੰ ਠਿੱਠ ਕੀਤਾ, ਤੁਸੀਂ ਆਪਣੇ ਘਰ ਵਾਲਿਆਂ ਨਾਲ ਮਿਲ ਕੇ, ਖਸਮਾਂ ਨਾਲ ਮਿਲ ਕੇ ਮੈਨੂੰ ਮੇਰੇ 'ਤੇ ਠਿੱਠੀਆਂ ਕੀਤੀਆਂ। ਠਿੱਠੀਆਂ ਮਤਲਬ ਮਖੌਲ ਬਣਾਇਆ ਮੇਰਾ, ਮੇਰੇ 'ਤੇ ਹੱਸ ਕੇ ਤੁਸੀਂ ਮਾਹੌਲ ਬਣਾ ਕੇ ਹੱਸਣਾ। ਮੇਰਾ ਅਰਸ਼ ਦਾ ਕਿੰਗੜਾ ਢਾਇਓ ਨੇ, ਅਰਸ਼ ਦਾ ਕਿੰਗੜਾ ਢਾਉਣਾ ਮਤਲਬ ਦਿਲ ਦਿਖਾਉਣਾ, ਤੁਸੀਂ ਮੇਰਾ ਦਿਲ ਦੁਖਾਇਆ, ਦਿਲ ਤੋੜ ਦਿੱਤਾ। ਨਿੱਤ ਬੋਲੀਆਂ ਮਾਰੀਆਂ ਜਾਂ ਸਿਆਲੀ, ਤੁਸੀਂ ਮੈਨੂੰ ਹਰ ਰੋਜ਼ ਤਾਨੇ ਮਾਰਦੀਆਂ ਸਨ ਕਿ ਜਾ ਜੇ ਜਿਹੜੇ ਤੇਰੇ ਵਿੱਚ ਇੰਨਾ ਹੀ ਹੈ ਰੋਬ, ਤੇਰੀ ਇੰਨੀ ਹੀ ਜੇ ਹੈਸੀਅਤ ਆ, ਇੰਨੀ ਹੀ ਹਿੰਮਤ ਹੈ, ਜਾਂ ਸਿਆਲਾਂ ਦੀ ਕੋਈ ਕੁੜੀ ਵਿਆਹ ਕੇ ਲਿਆ। ਮੇਰਾ ਕੱਢਣਾ ਦੇਸ਼ ਦੀ ਚਾਹਿਓ ਨੇ, ਅਸਲ ਵਿੱਚ ਤੁਸੀਂ ਮੈਨੂੰ ਅੰਦਰ ਗਤੀ ਮੇਰੇ ਆਪਣੇ ਦੇਸ਼ ਤੋਂ ਕੱਢਣਾ ਚਾਹੁੰਦੀਆਂ ਸਨ, ਇਸ ਤਰ੍ਹਾਂ ਮੈਨੂੰ ਚੈਲੰਜ ਕਰਕੇ ਗੱਲਾਂ ਵਿੱਚ ਪਾ ਕੇ ਮੈਨੂੰ ਮੇਰੇ ਘਰੋਂ ਮੈਨੂੰ ਕੱਢ ਦਿੱਤਾ। ਅਸੀਂ ਹੀਰ ਸਿਆਲ ਦੇ ਚਾਕ ਲੱਗੇ, ਹੁਣ ਮੈਂ ਸਿਆਲਾਂ ਦੀ ਹੀਰ ਦਾ ਚਾਕਰ ਬਣ ਕੇ ਰਹਿਣ ਲੱਗ ਗਿਆ। ਜੱਟੀ ਮਹਿਰ ਦੇ ਨਾਲ ਦਿਲ ਫਾਇਓ ਨੇ, ਅਤੇ ਇਹਨਾਂ ਦੀ ਲੜਕੀ ਹੀਰ ਨਾਲ ਮੇਰਾ ਦਿਲ ਜੁੜ ਗਿਆ। ਹੁਣ ਚਿੱਠੀਆਂ ਲਿਖ ਕੇ ਘੱਲਦੀਆਂ ਨੇ, ਤੁਸੀਂ ਮੈਨੂੰ ਚਿੱਠੀ ਲਿਖ ਕੇ ਬੁਲਾ ਰਹੀਆਂ ਵੀ ਆ ਜਾ ਆਪਣੇ ਦੇਸ਼ ਵਾਪਸ ਆ ਜਾ, ਪਰ ਅਸਲੀ ਗੱਲ ਕੀ ਆ, ਰਾਖਾ ਖੇਤੜੀ ਨੂੰ ਜਦੋਂ ਚਾਹਿਓ ਨੇ, ਤੁਹਾਨੂੰ ਮੇਰੀ ਲੋੜ ਨਹੀਂ, ਮੇਰੇ ਨਾਲ ਕੋਈ ਬਹੁਤਾ ਪਿਆਰ ਨਹੀਂ ਜਾਗ ਗਿਆ ਤੁਹਾਡੇ ਦਿਲ ਵਿੱਚ, ਅਸਲ 'ਚ ਤੁਹਾਨੂੰ ਖੇਤਾਂ ਦਾ ਕੋਈ ਰਖਵਾਲਾ ਚਾਹੀਦਾ ਆ ਜਿਹੜਾ ਤੁਹਾਡਾ ਫ੍ਰੀ ਵਿੱਚ ਕੰਮ ਕਰੇ, ਅਤੇ ਤੁਹਾਡਾ ਆਪਣਾ ਬੰਦਾ ਹੋਵੇ ਜਿਹਦੇ 'ਤੇ ਤੁਸੀਂ ਭਰੋਸਾ ਕਰ ਸਕੋ। ਆਪਣੇ ਮਤਲਬ ਲਈ ਤੁਸੀਂ ਚਿੱਠੀਆਂ ਘੱਲ ਰਹੀਆਂ ਹੋ, ਤੁਹਾਨੂੰ ਮੇਰੇ ਨਾਲ ਕੋਈ ਲਗਾਅ ਨਹੀਂ ਹੈਗਾ। ਵਾਰਿਸ ਸ਼ਾਹ ਸਮਝਾ ਜਟੇਟੀਆਂ ਨੂੰ, ਸਾਡੇ ਨਾਲ ਮੱਥਾ ਕਿਹਾ ਡਾਇਓ ਨੇ। ਫਿਰ ਵਾਰਿਸ ਨੇ ਆਪਣਾ ਨਾਮ ਲਿਖ ਕੇ ਆਪਣੀ ਮੋਹਰ ਲਾਤੀ ਆਖਰੀ ਲਾਈਨ ਵਿੱਚ, ਬੰਦ ਦੇ ਆਖਰੀ ਲਾਈਨ ਵਿੱਚ, ਅਤੇ ਕਿਹਾ ਕਿ ਇੱਕ ਹਿਸਾਬ ਨਾਲ
ਰਾਂਝਾ ਵਾਰਿਸ ਨੂੰ ਕਹਿ ਰਿਹਾ ਆ ਕਿ ਮੇਰੀਆਂ ਭਰਜਾਈਆਂ ਨੂੰ ਸਮਝਾ ਕਿ ਉਹ ਮੇਰੇ ਨਾਲ ਮੱਥਾ ਨਾ ਲਾਉਣ, ਮੇਰੇ ਨਾਲ ਐਵੇਂ ਬੈਂਸਣ ਨਾ, ਆਪਣੇ ਕੰਮ ਵੱਲ ਧਿਆਨ ਦੇਣ, ਮੈਨੂੰ ਮਨਾਉਣ ਦੀ ਲੋੜ ਨਹੀਂ। ਅੱਗੇ ਜੀ ਹੀਰ ਨੇ ਉੱਤਰ ਲਿਖਣਾ। ਹੁਣ ਹੀਰ ਕੀ ਉੱਤਰ ਲਿਖਦੀ ਆ? ਹੀਰ ਪੁੱਛ ਕੇ ਮਾਹੀੜੇ ਆਪਣੇ ਤੋਂ, ਆਪਣੇ ਮਾਹੀਏ ਰਾਂਝੇ ਤੋਂ ਪੁੱਛ ਕੇ ਹੀ ਉਹ ਗੱਲਾਂ ਲਿਖਵਾ ਰਹੀ ਆ। ਲਿਖਵਾ ਜਵਾਬ ਚਾ ਟੋਰੇ ਆਈ, ਠੀਕ ਹੈ, ਅਤੇ ਜਿਹੜਾ ਆਪਣਾ ਆਹ ਪੋਸਟਮੈਨ ਆ ਡਾਕੀਏ ਨੂੰ ਜਵਾਬ ਲਿਖਵਾ ਕੇ ਤੋਰਿਆ ਵੀ ਜਾ, ਆਹ ਜਵਾਬ ਦੇ ਕੀ ਲਿਖਾਇਆ? ਤੁਸਾਂ ਲਿਖਿਆ ਸੋ ਅਸਾਂ ਵਾਚਿਆ ਏ, ਜੋ ਤੁਸੀਂ ਖੱਤ ਵਿੱਚ ਲਿਖਿਆ ਭਰਜਾਈਓ, ਰਾਂਝੇ ਦੀ ਭਰਜਾਈਓ, ਮੈਂ ਉਹ ਚੀਜ਼ ਵਿਚਾਰ ਕੀਤੀ ਉਸ ਗੱਲ 'ਤੇ, ਸਾਨੂੰ ਵਾਚਦਿਆਂ ਹੀ ਲੱਗਾ ਝੋਰਿਆ ਏ, ਅਤੇ ਜਦੋਂ ਮੈਂ ਵਿਚਾਰ ਕੀਤੀ ਤਾਂ ਮੈਨੂੰ ਝੋਰਾ ਲੱਗਾ, ਝੋਰਾ ਮਤਲਬ ਮੈਨੂੰ ਹੈਰਾਨੀ ਹੋਈ, ਮੈਨੂੰ ਪਛਤਾਵਾ ਵੀ ਹੋਇਆ ਕਿ ਮੈਂ ਤੁਹਾਡਾ ਰਾਂਝਾ ਆਪਣੇ ਕੋਲ ਰੱਖ ਲਿਆ। ਪਰ ਹੀਰ ਤਿਆਰ ਨਹੀਂ ਦੇਣ ਲਈ, ਹੀਰ ਵੀ ਨਾ ਕਰਦੀ ਆ ਕਿ ਮੈਂ ਰਾਂਝਾ ਵਾਪਸ ਨਹੀਂ ਕਰਨਾ। ਕਹਿੰਦੀ ਆ, ਅਸੀਂ ਧੀਦੋ ਨੂੰ ਚਾਹ ਮਹਿਵਾਲ ਕੀਤਾ, ਅਸੀਂ ਰਾਂਝੇ ਨੂੰ ਆਪਣੇ ਇੱਥੇ ਮੱਝਾਂ ਚਰਾਉਣ ਲਈ ਨੌਕਰੀ 'ਤੇ ਲਾਇਆ ਹੋਇਆ ਆ, ਕਦੀ ਤੋੜਨਾ ਤਾਂ ਨਹੀਂ ਤੋੜਿਆ ਏ, ਤਾਂ ਇਹ ਸੰਬੰਧ, ਇਹ ਨੌਕਰੀ ਤੋਂ ਮੈਂ ਉਹਨੂੰ ਨਹੀਂ ਕੱਢਣਾ, ਇਹ ਸੰਬੰਧ ਮੈਂ ਨਹੀਂ ਤੋੜਨਾ, ਪਹਿਲਾਂ ਵੀ ਨਹੀਂ ਤੋੜਿਆ ਅਤੇ ਹੁਣ ਵੀ ਨਹੀਂ ਤੋੜਾਂਗੀ। ਕਦੀ ਪਾਨ ਨਾ ਵੱਲ 'ਤੇ ਫੇਰ ਪਹੁੰਚੇ, ਪਾਨ ਦਾ ਪੱਤਾ ਜਦੋਂ ਇੱਕ ਵਾਰੀ ਵੇਲ ਤੋਂ ਟੁੱਟ ਜਾਂਦਾ ਆ ਤਾਂ ਦੁਬਾਰਾ ਵੇਲ 'ਤੇ ਨਾਲ ਨਹੀਂ ਜੁੜਦਾ। ਸ਼ੀਸ਼ਾ ਚੂਰ ਹੋਇਆ ਕਿਸ ਜੋੜਿਆ ਈ, ਇਸੇ ਤਰ੍ਹਾਂ ਜਦੋਂ ਸ਼ੀਸ਼ਾ ਇੱਕ ਵਾਰੀ ਟੁੱਟ ਜਾਂਦਾ ਹੈ ਤਾਂ ਉਹ ਦੁਬਾਰਾ ਜੁੜਦਾ ਨਹੀਂ। ਗੰਗਾ ਗਈਆਂ ਨਾ ਹੱਡੀਆਂ ਮੁੜਦੀਆਂ ਨੇ, ਇਸੇ ਤਰ੍ਹਾਂ ਜਦੋਂ ਗੰਗਾ ਵਿੱਚ ਅਸੀਂ ਹਿੰਦੂ ਲੋਕ ਜਦੋਂ ਮਰਨ ਤੋਂ ਬਾਅਦ ਸਰੀਰ ਨੂੰ ਜਲਾ ਦਿੰਦੇ ਆ, ਉਹਦਾ ਸੰਸਕਾਰ ਕਰ ਦਿੰਦੇ ਆ, ਅਤੇ ਅਸਥੀਆਂ ਨੂੰ ਜਦੋਂ ਗੰਗਾ ਵਿੱਚ ਜਾ ਕੇ ਰੋੜ ਦਿੱਤਾ ਜਾਂਦਾ ਆ ਤਾਂ ਉਹ ਅਸਥੀਆਂ ਹੱਡੀਆਂ ਮੁੜਦੀਆਂ ਨਹੀਂ। ਇੱਥੇ ਦੇਖੋ ਵਾਰਿਸ ਸਾਹਿਬ ਕੀ ਆ, ਮੁਸਲਮਾਨ ਆ, ਅਤੇ ਕਹਾਣੀ ਦੇ ਕਰੈਕਟਰ ਵੀ ਮੁਸਲਮਾਨ, ਪਰ ਵਾਰਿਸ ਨੇ ਇੱਥੇ ਹਿੰਦੂ ਕਲਚਰ ਦੀ ਗੱਲ ਕੀਤੀ ਆ, ਗੰਗਾ ਵਿੱਚ ਅਸਥੀਆਂ ਵਹਾਉਣ ਦੀ ਗੱਲ ਕੀਤੀ ਆ। ਇਸ ਲਈ ਜਿਹੜੀ ਹੀਰ ਦਾ ਕਿੱਸਾ ਆ ਉਹ ਸਿਰਫ ਉਹ ਮੁਸਲਮਾਨਾਂ ਦੀ ਕਹਾਣੀ ਨਹੀਂ ਆ, ਸਿਰਫ ਉਹ ਪੂਰੇ ਪੰਜਾਬ ਦੇ ਲੋਕਾਂ ਦਾ ਕੀ ਆ, ਸਮਾਜ ਦੀ ਕਹਾਣੀ ਆ, ਸੱਭਿਆਚਾਰ ਦੀ ਕਹਾਣੀ ਆ, ਅਤੇ ਇਸੇ ਕਰਕੇ ਹਿੰਦੂਆਂ ਮੁਸਲਮਾਨਾਂ ਸਿੱਖਾਂ ਸਾਰਿਆਂ ਦੀ ਸਾਂਝਾ ਵਿਰਸਾ ਆ ਹੀਰ ਵਾਰਿਸ। ਵਕਤ ਗਏ ਨੂੰ ਫਿਰ ਕਿਸ ਮੋੜਿਆ ਆਈ, ਤਾਂ ਜਿਹੜਾ ਸਮਾਂ ਗੁਜ਼ਰ ਜਾਂਦਾ ਉਹ ਦੁਬਾਰਾ ਨਹੀਂ ਲਿਆਇਆ ਜਾ ਸਕਦਾ। ਇਹ ਸਾਰੇ ਕੀ ਆ, ਹੀਰ ਉਪਮਾ ਦੇ ਰਹੀ ਆ, ਤੁਲਨਾ ਕਰ ਰਹੀ ਆ, ਉਸੇ ਹਿਸਾਬ ਨਾਲ ਮੈਂ ਰਾਂਝੇ ਨੂੰ ਵਾਪਸ ਨਹੀਂ ਕਰ ਸਕਦੀ। ਹੱਥੋਂ ਛੁੱਟੜੇ ਬਾਹਰੀ ਨਹੀਂ ਮਿਲਦੇ, ਜਿਹੜੇ ਬਾਹਰੇ ਹੁੰਦੇ ਆ, ਜਿਹੜੇ ਆਪਣਾ ਝੁੰਡ ਹੁੰਦੇ ਆ, ਝੁੰਡ ਦੇ ਵਿੱਚੋਂ ਜੇ ਤੁਹਾਡੇ ਪਸ਼ੂ ਖਿੱਲਰ ਜਾਣ, ਵਿਖਰ ਜਾਣ, ਇੱਧਰ ਉੱਧਰ ਚਲੇ ਜਾਣ, ਤਾਂ ਉਹਨਾਂ ਨੂੰ ਇਕੱਠਾ ਕਰਨਾ ਬਹੁਤ ਮੁਸ਼ਕਲ ਹੁੰਦਾ ਆ, ਪੂਰੇ ਨਹੀਂ ਹੁੰਦੇ। ਉਸੇ ਲਈ ਇਸੇ ਤਰ੍ਹਾਂ ਵਾਰਿਸ ਛੱਡਣਾ ਤਾਂ ਨਾ ਹੀ ਛੋੜਿਆ ਏ, ਠੀਕ ਹੈ, ਅਤੇ ਮੈਂ ਵੀ ਵਾਰਿਸ ਸ਼ਾਨ ਨੂੰ ਦੁਬਾਰਾ ਤੁਹਾਨੂੰ ਵਾਪਸ ਨਹੀਂ ਦੇਵਾਂਗੀ, ਠੀਕ, ਇਹ ਨਾ ਪਹਿਲਾਂ ਕਿਸੇ ਨੂੰ ਦਿੱਤਾ ਨਾ ਹੁਣ ਦੇਵਾਂਗੀ, ਕਹਿਣ ਦਾ ਭਾਵ ਮੈਂ ਵਾਰਿਸ ਨੂੰ ਨਹੀਂ, ਸੋਰੀ ਵਾਰਿਸ ਨਹੀਂ, ਰਾਂਝਾ, ਵਾਰਿਸ ਦਾ ਨਾਮ ਆ ਗਿਆ, ਬੇਸਿਕਲੀ ਉਹ ਰਾਂਝੇ ਨੂੰ ਕਹਿ ਰਹੀ ਆ, ਹੈ ਨਾ, ਰਾਂਝੇ ਨੂੰ ਕਹਿ ਰਹੀ ਹੈ ਕਿ ਮੈਂ ਰਾਂਝੇ ਨੂੰ ਵਾਪਸ ਨਹੀਂ ਕਰਾਂਗੀ। ਅੱਜ ਲਈ ਨਹੀਂ ਰਹਿਣ ਦਿੰਦੇ ਜੀ, ਬਾਕੀ ਨੈਕਸਟ ਕਲਾਸ ਵਿੱਚ ਕਰਦੇ ਹਾਂ। ਸਤਿ ਸ਼੍ਰੀ ਅਕਾਲ।